ਕਹਿੰਦੇ ਨੇ ਕਿ ਗੁਰੂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ, ਪਰ ਜਿਸ ਸਮਾਜ ਦੇ ਵਿੱਚ ਰੱਬ ਵਰਗੇ ਗੁਰੂ ਹੀ ਤੰਗ ਹੋਣ, ਉਸ ਸਮਾਜ ਦੇ ਵਿੱਚ ਸੁਨਹਿਰੀ ਭਵਿੱਖ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਕੁਝ ਅਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਕਿ ਫਿਰੋਜ਼ਪੁਰ ਦੇ ਅਧੀਨ ਪੈਂਦੇ ਪਿੰਡ ਚੰਗਾਲੀ ਕਦੀਮ ਵਿਖੇ ਇੱਕ ਅਧਿਆਪਕ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਦਰਅਸਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਅਧਿਆਪਕ ਦੇ ਵੱਲੋਂ ਤਨਖਾਹ ਨਾ ਮਿਲਣ ਦੇ ਕਰਕੇ ਇਹ ਕਦਮ ਚੁੱਕਿਆ ਗਿਆ। ਘਰ ਦੇ ਹਾਲਾਤ ਮਾੜੇ ਅਤੇ ਆਰਥਿਕ ਤੰਗੀ ਤੇ ਪਰੇਸ਼ਾਨੀਆਂ ਦੇ ਚੱਲਦਿਆਂ ਅਧਿਆਪਕ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨੂੰ ਤਨਖਾਹ ਹੀ ਨਹੀਂ ਆਉਂਦੀ ਮਿਲੀ ਤੇ ਦਿਲ ਦੇ ਵਿੱਚ ਕੋਈ ਗਾਉਂ ਕਰਕੇ ਬਸ ਇਸਦਾ ਹੋ ਗਿਆ। ਕੀ ਨਾਂ ਸੀਗਾ ਜੀ ਉਹਨਾਂ ਦਾ ਜੀ? ਚਾਨਣ ਸਿੰਘ। ਤੁਹਾਡੇ ਕੀ ਲੱਗਦੇ ਜੀ? ਲੜਕਾ ਮੇਰਾ। ਅੱਛਾ ਜੀ, ਇੱਕ ਟੀਚਰ ਨੇ ਜੀ? ਹਾਂ। ਕੀ ਕਾਰਨ ਕੀ ਬਣਿਆ ਜੀ? ਕਾਰਨ ਕਰਮਾਂ ਦਾ ਬਣ ਗਿਆ ਹੁੰਦਾ, ਪਰ ਸਾਨੂੰ ਤਾਂ ਮੈਂ ਦਵਾਈ ਲੈਣ ਗਿਆ, ਮੈਂ ਤਾਂ ਆਉਂਦਿਆਂ ਨੂੰ ਇਹ ਚਾਂਸ ਹੋ ਗਿਆ ਬਈ। ਅੱਛਾ ਜੀ, 6 ਮਹੀਨੇ ਤੋਂ ਤਨਖਾਹ ਨਹੀਂ ਮਿਲਦੀ ਪਈ। ਠੀਕ ਹੈ ਜੀ। ਤੇ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਪਿਆ। ਤੁਹਾਡੇ ਕੀ ਲੱਗਦਾ ਜੀ? ਚਾਚਾ ਜੀ ਲੱਗਦਾ। ਅੱਛਾ ਜੀ, ਤੇ ਹੁਣ ਕੀ ਮਤਲਬ ਤੁਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ? ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਉਹਨਾਂ ਬੱਚਿਆਂ ਨੂੰ ਨੌਕਰੀ ਮਿਲੇ ਬੱਚਿਆਂ ਨੂੰ। ਕਿੰਨੇ ਬੱਚੇ ਗਏ ਜੀ? ਬੱਚੇ ਤਿੰਨ ਨੇ ਜੀ, ਦੋ ਗੁੱਡੀਆਂ ਕਲਾਸ, ਦੋ ਗੁੱਡੀਆਂ ਤੇ ਇੱਕ ਕਾਕਾ। ਕਿੰਨੇ ਕਿੰਨੇ ਚਿਰ ਦੇ ਹੈਗੇ ਬੱਚੇ? ਗੁੱਡੀਆਂ ਤਾਂ ਇੱਕ 17 ਸਾਲ ਦੀ ਹੈ ਜੀ, ਇੱਕ 15 ਸਾਲ ਦੀ ਤੇ ਕਾਕਾ 13 ਸਾਲਾਂ ਦਾ ਜੀ। ਇਹ ਕਿੰਨੇ ਚਿਰ ਦੀ ਤਨਖਾਹ ਹੋਊਗੀ ਜੀ ਇਹਨਾਂ ਦੀ? 6-7 ਮਹੀਨੇ ਤੋਂ ਨਹੀਂ ਮਿਲ ਰਹੀ ਸੀ, ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਪਿਆ ਜੀ। ਨਹੀਂ, ਤਨਖਾਹ ਨਹੀਂ ਮਿਲਦੀ ਉਹਨੂੰ। ਅੱਛਾ ਜੀ। ਇਹ ਸਕੂਲ ਲੱਗੇ ਹੋਈ ਤੇ ਬੱਚਿਆਂ ਦੇ ਦਾਖਲ ਦੂਲੇ ਕਰਾਉਣ ਵਾਲੇ। ਕੀ ਲੱਗਦੇ ਤੁਹਾਡੇ ਜੀ? ਬਰਦਰ ਜੀ। ਕੀ ਨਾਂ ਜੀ ਉਹਨਾਂ ਦਾ? ਚੰਨਾ ਸਿੰਘ। ਤੁਹਾਡਾ ਕੀ ਨਾਂ ਜੀ? ਜੋਗਾ ਸਿੰਘ। ਅੱਛਾ ਜੀ, ਕੀ ਕਾਰਨ ਬਣਿਆ ਜੀ? ਕਾਰਨ ਇਹ ਤੁਹਾਨੂੰ ਦੱਸਿਆ, ਤਨਖਾਹ ਨਹੀਂ ਮਿਲਦੀ ਜੀ। ਅੱਛਾ, ਟੀਚਰ ਜੀ? ਹਾਂਜੀ ਹਾਂਜੀ। ਕਿੰਨੇ ਚਿਰ ਤੋਂ ਜੀ? ਇਹ ਹੋ ਗਏ 10-15 ਸਾਲ ਇਹਨੂੰ, ਕੱਚੇ ਤੁਰੇ ਹੁੰਦੇ ਇਹ ਤੇ ਹੁਣ ਹੋਣਾ ਇਹ ਪੱਕੇ ਇਹਨਾਂ ਨੇ। ਅੱਛਾ ਜੀ। ਅਤੇ ਡੈਥ ਕਿਵੇਂ ਹੋਈ ਜੀ? ਇਹ ਛਾਲ ਮਾਰ ਗਿਆ ਇਹ, ਇਸੇ ਕਰਨੀ ਜੀ, ਤਨਖਾਹ ਤੋਂ ਮਿਲੀ ਨਹੀਂ ਗੀ ਅਤੇ ਬਹੁਤ ਤੰਗ ਸੀ ਕਰਨ। ਅੱਛਾ, ਤੁਹਾਨੂੰ ਕਦੋਂ ਪਤਾ ਲੱਗਾ ਜੀ? ਸਾਨੂੰ ਫਿਰ ਜਦੋਂ ਛੁੱਟੀ ਹੋਈ ਜੀ, ਕਰੇ ਆਇਆ ਨਹੀਂ ਹੈਗਾ ਜੀ, ਅਸੀਂ ਫਿਰ ਲੱਭਣਾ ਤੇ ਗਏ ਜੀ। ਠੀਕ ਹੈ, ਪੁਲਿਸ ਪ੍ਰਸ਼ਾਸਨ ਆਇਆ ਜੀ ਮੌਕੇ 'ਤੇ? ਅਸੀਂ ਆਪ ਦਰਖਾਸਤ ਦੇ ਗਏ ਉਦੋਂ ਕੋਈ ਨਹੀਂ, ਫਿਰ ਅਸੀਂ ਉਹਨਾਂ ਨੂੰ ਦੱਸਦੇ ਤਾਂ ਫਿਰ ਹੀ ਆਉਣਾ ਹੀ ਆਉਣਾ। ਠੀਕ ਹੈ ਜੀ। ਅਤੇ ਉਹਨੇ ਦਰਖਾਸਤ ਅਸੀਂ ਲਿਖਾਏ ਹਾਂ। ਅੱਛਾ ਜੀ, ਹੁਣ ਡੈੱਡ ਬੋਡੀ ਮਿਲ ਗਈ ਜੀ? ਹਾਂਜੀ। ਕਿੱਥੇ ਡੈੱਡ ਬੋਡੀ ਇਸ ਟਾਈਮ? ਉਹ ਉੱਥੇ ਹੈ ਮਿਸ਼ਨ ਹਸਪਤਾਲ 'ਚ ਜੀ। ਅੱਛਾ ਜੀ, ਪੋਸਟਮਾਰਟਮ ਵਾਸਤੇ ਜੀ? ਹਾਂਜੀ। ਕੀ ਮੰਗ ਤੁਸੀਂ ਕੀ ਕਰਦੇ ਪ੍ਰਸ਼ਾਸਨ ਤੋਂ? ਮੰਗ ਅਸੀਂ ਕਹਿੰਦੇ ਜੋ ਬੱਚੇ ਨੂੰ ਨੌਕਰੀ ਮਿਲ ਜਾਵੇ। ਕਿੰਨੇ ਬੱਚੇ ਜੀ? ਤਿੰਨ ਬੱਚੇ ਜੀ। ਹਾਂਜੀ। ਮੱਲਾਵਾਲਾ ਤੋਂ ਗੁਰਦੇਵ ਸਿੰਘ ਗਿੱਲ ਦੀ ਰਿਪੋਰਟ।